ਇੱਥੋਂ ਤੱਕ ਇਹਨਾਂ ਲੋਕਾਂ ਦਾ ਬੇੜਾ ਗਰਕ ਹੋ ਗਿਆ। ਇੱਥੋਂ ਤੱਕ ਕਹਿ ਦਿੰਦੇ ਨੇ ਕਿ ਕੋਈ ਕਰਾਮਾਤ ਨਹੀਂ ਗੁਰੂ ਘਰ ਦੇ ਵਿੱਚ, ਕੋਈ ਸ਼ਕਤੀ ਨਹੀਂ। ਜੇ ਗੁਰੂ ਕੋਲ ਕੋਈ ਕਰਾਮਾਤ ਹੁੰਦੀ ਤਾਂ ਸਾਹਿਬਜ਼ਾਦੇ ਕਿਉਂ ਸ਼ਹੀਦ ਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੱਠ ਸ਼ੇਰੋ ਵਾਲੇ ਨੇ ਇੱਕ ਪੋਸਟ ਪਾਈ ਜਿਸ ਤੋਂ ਬਾਅਦ ਵੱਡਾ ਵਿਵਾਦ ਹੋਇਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਵੀ ਉਸ ਨੂੰ ਬਹੁਤ ਸਾਰੇ ਜਵਾਬ ਦਿੱਤੇ ਜਾ ਰਹੇ ਨੇ, ਜਿਸ ਨੇ ਕਿਹਾ ਸੀ ਕਿ ਜੇਕਰ ਗੁਰੂ ਸਾਹਿਬ ਦੇ ਵਿੱਚ ਕੋਈ ਚਮਤਕਾਰ ਹੁੰਦਾ ਤਾਂ ਉਹਨਾਂ ਦੇ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ। ਅਤੇ ਇਸ ਤੋਂ ਬਾਅਦ ਅੱਜ ਜੋ ਸਵੇਰ ਦੀ ਕਥਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕ ਭਾਈ ਸਾਹਿਬ ਗਿਆਨੀ ਸੁਰਜੀਤ ਸਿੰਘ ਜੀ ਕਰ ਰਹੇ ਸਨ, ਉਹਨਾਂ ਨੇ ਮੱਠ ਸ਼ੇਰੋ ਵਾਲਿਆਂ ਨੂੰ ਇੱਕ ਜਵਾਬ ਦਿੱਤਾ ਇਸ ਮਾਮਲੇ ਦੇ ਵਿੱਚ ਬਾਣੀ ਦਾ ਓਟ ਆਸਰਾ ਲੈ ਕੇ, ਜਿੱਥੇ ਕਿ ਅੱਜ ਮੁੱਖ ਵਾਕ ਦੇ ਵਿੱਚ ਇੱਕ ਅਜਿਹੇ ਪਾਪੀ ਨੂੰ ਇੱਕ ਜਵਾਬ ਦਿੱਤਾ ਗਿਆ ਜਿਸ ਦੇ ਗੁਰਬਾਣੀ ਦੇ ਉੱਪਰ, ਗੁਰੂ ਸਾਹਿਬ ਦੇ ਉੱਪਰ, ਗੁਰੂ ਘਰ ਦੀਆਂ ਕਰਾਮਾਤਾਂ ਦੇ ਉੱਪਰ ਕਿੰਤੂ ਪ੍ਰੰਤੂ ਕੀਤਾ। ਕੀ ਕਹਿਣਾ ਤੁਹਾਡਾ ਅਜਿਹੇ ਸ਼ਖਸ ਬਾਰੇ? ਜੋ ਕਮੈਂਟ ਕਰਨਾ ਆਓ, ਸੁਣੋ, ਗੁਰਬਾਣੀ ਸਰਵਣ ਕਰੋ ਅਤੇ ਮੁੱਖ ਵਾਕ ਦੇ ਵਿੱਚ ਜੋ ਅੱਜ ਦੇ ਗੁਰੂ ਸਾਹਿਬਾਂ ਨੇ ਹੁਕਮ ਕੀਤਾ ਉਸ ਦੇ ਵਿੱਚ ਕਿਸ ਤਰ੍ਹਾਂ ਜੋ ਭਾਈ ਸਾਹਿਬ ਨੇ ਉਹਨਾਂ ਨੇ ਵਿਆਖਿਆ ਕੀਤੀ ਹੈ ਕਥਾ ਦੇ ਵਿੱਚ, ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਜਿਹੇ ਲੋਕ ਭਟਕਦੇ ਰਹਿੰਦੇ ਨੇ ਜੋ ਗੁਰੂ ਘਰ ਦੇ ਉੱਪਰ ਇਸ ਤਰ੍ਹਾਂ ਕਿੰਤੂ ਪ੍ਰੰਤੂ ਕਰਦੇ ਨੇ। ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰ ਹੈ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹ ਬ੍ਰਾਹਮਣ ਹੈ। ਇੱਥੋਂ ਤੱਕ ਇਹਨਾਂ ਲੋਕਾਂ ਦਾ ਬੇੜਾ ਗਰਕ ਹੋ ਗਿਆ। ਇੱਥੋਂ ਤੱਕ ਕਹਿ ਦਿੰਦੇ ਨੇ ਕਿ ਕੋਈ ਕਰਾਮਾਤ ਨਹੀਂ ਗੁਰੂ ਘਰ ਦੇ ਵਿੱਚ, ਕੋਈ ਸ਼ਕਤੀ ਨਹੀਂ। ਜੇ ਗੁਰੂ ਕੋਲ ਕੋਈ ਕਰਾਮਾਤ ਹੁੰਦੀ ਤਾਂ ਸਾਹਿਬਜ਼ਾਦੇ ਕਿਉਂ ਸ਼ਹੀਦ ਹੁੰਦੇ? ਕਰਾਮਾਤ ਸਭ ਤੋਂ ਵੱਡੀ ਤਾਂ ਇਹ ਹੈ ਕਿ ਜਿਹੜੀ ਬਾਣੀ ਸੱਚਖੰਡ ਦੇ ਵਿੱਚ ਸੀ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਇਹ ਬਾਣੀ ਦਰਗਾਹ ਦੇ ਵਿੱਚੋਂ ਸਤਿਗੁਰੂ ਮਾਤ ਲੋਕ ਦੇ ਵਿੱਚ ਲੈ ਕੇ ਆਏ ਸਾਡੇ ਕਲਯੁੱਗ ਦੇ ਜੀਵਾਂ ਦੇ ਕਲਿਆਣ ਵਾਸਤੇ, ਕੀ ਇਹ ਕਰਾਮਾਤ ਨਹੀਂ? ਇਹ ਸਤਿਗੁਰੂ ਮਹਾਰਾਜ ਦੇ ਚੋਜ ਹਨ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਦਸੇ ਜਾਮਿਆਂ ਦੇ ਵਿੱਚ ਇੱਕ ਇਤਿਹਾਸ ਦੀ ਸਿਰਜਣਾ ਰਚਨਾ ਕੀਤੀ, ਕਿਹਦੇ 'ਚ ਤਾਕਤ ਸੀ ਕਿ ਸਤਿਗੁਰੂ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾ ਲੈਂਦਾ? ਕਿਹੜੀ ਦੁਨੀਆ ਦੀ ਤਾਕਤ ਸੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੀਸ ਧੜ ਤੋਂ ਵੱਖ ਕਰ ਲੈਂਦੀ? ਇਹ ਸਤਿਗੁਰੂ ਮਹਾਰਾਜ ਦੇ ਕੌਤਕ ਚੋਜ ਹਨ ਸਾਨੂੰ ਸਿੱਖਾਂ ਨੂੰ ਦੱਸਣ ਵਾਸਤੇ ਕਿ ਗੁਰੂ ਕੇ ਸਿੱਖੋ, ਜੇ ਤੁਹਾਡੇ 'ਤੇ ਔਖੇ ਤੋਂ ਔਖਾ ਸਮਾਂ ਆ ਜਾਵੇ ਤਾਂ ਡੋਲਣਾ ਨਹੀਂ, ਅਣਖ ਕਦੇ ਤਿਆਗਣੀ ਨਹੀਂ, ਅਣਖ ਜਾਗ ਉੱਠੇ ਚਮਕੌਰ ਨੂੰ ਵਹਿੰਦਿਆਂ ਹੀ ਸੁੱਤਾ ਜਿੱਥੇ ਅਜੀਤ ਜੁਝਾਰ ਤੇਰਾ। ਜਿੱਥੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੀ ਸ਼ਹਾਦਤ ਹੋਈ ਹੈ, ਜਦੋਂ ਉੱਥੇ ਜਾ ਕੇ ਮੇਰਾ ਗੁਰਸਿੱਖ ਦਰਸ਼ਨ ਕਰੇਗਾ ਅਣਖ ਜਾਗ ਉੱਠੇਗੀ। ਢੱਠੇ ਹੋਏ ਸਭ ਦਿਲ ਸਭ ਖਲੋ ਜਾਂਦੇ, ਵੇਖ ਚਿਣਿਆ ਕੰਧਾਂ 'ਚ ਪਰਿਵਾਰ ਤੇਰਾ। ਜਦੋਂ ਕਿਸੇ ਦਾ ਮਨ ਡਿੱਗ ਜਾਵੇ ਤਾਂ ਫਤਿਹਗੜ੍ਹ ਸਾਹਿਬ ਜਾ ਕੇ ਦਰਸ਼ਨ ਕਰ ਲਵੀਂ, ਤੇਰਾ ਮਨ ਖੜ ਜਾਵੇਗਾ ਜਿੱਥੇ ਛੋਟੀ ਉਮਰ ਦੇ ਸਾਹਿਬਜ਼ਾਦਿਆਂ ਨੇ ਨੀਹਾਂ 'ਚ ਖੜ ਕੇ ਕਿਹਾ ਸੀ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ। ਇਹ ਲੋਕ ਅਜੇ ਕਹਿੰਦੇ ਆ ਗੁਰੂ 'ਚ ਕੋਈ ਕਰਾਮਾਤ ਨਹੀਂ, ਕੋਈ ਸ਼ਕਤੀ ਨਹੀਂ। ਇਸ ਕਰਕੇ ਆਓ ਮਨਮੁੱਖਾਂ ਤੋਂ ਇੱਦਾਂ ਦਿਆਂ ਤੋਂ ਬਚਣ ਦੀ ਲੋੜ ਹੈ। ਮਨਮੁੱਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਮਨਮੁੱਖ ਤਾਂ ਦੁੱਖਾਂ ਦੀ ਖੇਤੀ ਹੈ, ਦੁੱਖ ਬੀਜਦਾ ਅਤੇ ਦੁੱਖੇ ਇਹਨਾਂ ਨੂੰ ਵੱਢਣਾ ਪੈਂਦਾ ਹੈ।
ਗੁਰੂ ਕੇ ਸਾਹਿਬਜ਼ਾਦਿਆਂ ਦੇ ਵਿੱਚ ਬਾਬਾ ਅਟਲ ਰਾਏ ਜੀ ਦਾ ਨੇੜੇ ਅਸਥਾਨ ਹੈ, ਮਰੇ ਹੋਏ ਸਾਥੀ ਨੂੰ ਜਿਉਂਦਾ ਕਰ ਦਿੱਤਾ। ਜੇ ਗੁਰੂ ਕੇ ਲਾਲਾਂ 'ਚ ਐਡੀ ਤਾਕਤ ਹੈ ਤਾਂ ਗੁਰੂ 'ਚ ਕਿੱਡੀ ਸਮਰੱਥਾ ਹੋਵੇਗੀ। ਸੋ ਇਸ ਕਰਕੇ ਜਿਹੜੇ ਗੁਰੂ ਕੀ ਬਾਣੀ 'ਤੇ ਕਿੰਤੂ ਪਰੰਤੂ ਕਰਦੇ ਹੈ, ਗੁਰੂ ਕੇ ਹੁਕਮਨਾਮਿਆਂ ਪ੍ਰਤੀ ਕਿੰਤੂ ਪਰੰਤੂ ਕਰਦੇ ਹਨ, ਸ਼੍ਰੀ ਮੁਖਵਾਕ ਪ੍ਰਤੀ, ਸਾਧ ਸੰਗਤ ਜੀ ਉਹਨਾਂ ਮਨਮੁੱਖਾਂ ਦੀ ਹਾਲਤ ਅੱਜ ਮਹਾਰਾਜ ਦੱਸਦੇ ਹਨ ਕੀ ਹਾਲਤ ਹੁੰਦੀ ਹੈ। ਆਓ ਸਰਵਣ ਕਰੋ ਜੀ। ਸਤਨਾਮੇ ਸੇ ਬੱਧੇ ਦੁੱਖ ਸਹਾਏ। ਸਲੋਕ ਮਹੱਲਾ ਤੀਜਾ। ਸਲੋਕ ਤੋਂ ਭਾਵ ਸ੍ਰੇਸ਼ਟ ਲੋਕ, ਮਹੱਲਾ ਤੀਜਾ ਤੋਂ ਭਾਵ ਤੀਸਰੇ ਪਾਤਸ਼ਾਹ ਬਚਨ ਕਰਦੇ ਹਨ ਮਨਮੁੱਖਾਂ ਦੇ ਬਾਰੇ। ਸਤਿਗੁਰ ਤੇਜੋ ਮੋਹ ਫੇਰੇ ਸੇ ਬੱਧੇ ਦੁੱਖ ਸਹਾਏ। ਜਿਹੜੇ ਭਾਈ ਗੁਰੂ ਤੋਂ ਮੂੰਹ ਫੇਰ ਲੈਂਦੇ ਹਨ, ਇੱਦਾਂ ਦੀਆਂ ਤਰਕਾਂ ਕਰਦੇ ਨੇ ਕਿ ਗੁਰੂ 'ਚ ਕੋਈ ਤਾਕਤ ਨਹੀਂ, ਕੋਈ ਕਰਾਮਾਤ ਨਹੀਂ, ਕੋਈ ਸ਼ਕਤੀ ਨਹੀਂ, ਉਹ ਬੱਧੇ ਦੁੱਖ ਸਹਾਏ, ਜੰਮਣ ਮਰਨ ਦਾ ਦੁੱਖ ਉਹਨਾਂ ਨੂੰ ਸਹਿਣਾ ਪੈਂਦਾ ਹੈ। ਇਹ ਸਰੀਰ ਛੱਡਣ ਤੋਂ ਬਾਅਦ ਮਿਲਿਆ ਤਾਂ ਮਨੁੱਖਾ ਜਨਮ ਸੀ ਮਾਇਆ ਦੇ ਬੰਧਨ ਕੱਟਣ ਵਾਸਤੇ, ਪਰੰਤੂ ਨਿੰਦਿਆ ਕਰ ਲਈ, ਗੁਰੂ ਤੋਂ ਮੂੰਹ ਫੇਰ ਲਿਆ, ਹੋਰ ਦੁੱਖ ਗਲ ਪਾਲੇ, ਹਉਮੈ ਦਾ ਰੋਗ ਲੱਗ ਗਿਆ। ਹਉਮੈ ਦੇ ਰੋਗ ਲੱਗਣ ਕਰਕੇ ਵਾਰ ਵਾਰ ਜੰਮਣਾ ਅਤੇ ਮਰਨਾ ਪੈਂਦਾ ਮਨੁੱਖ ਨੂੰ। ਸਤਿਗੁਰ ਤੋਂ ਜਿਹੜਾ ਮੂੰਹ ਫੇਰ ਲੈਂਦਾ, ਗੁਰਬਾਣੀ ਤੋਂ ਜਿਹੜਾ ਮੂੰਹ ਫੇਰ ਲੈਂਦਾ, ਜਿਹੜਾ ਕਹਿ ਦਿੰਦਾ ਕੀ ਫਾਇਦਾ ਹੋਇਆ ਗੁਰਬਾਣੀ ਪੜ੍ਹਨ ਦਾ, ਕੀ ਫਾਇਦਾ ਅੰਮ੍ਰਿਤ ਵੇਲੇ ਜਾਗਣ ਦਾ, ਕੀ ਫਾਇਦਾ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦਾ, ਮਹਾਰਾਜ ਕਹਿੰਦੇ ਭਾਈ ਸੇ ਬੱਧੇ ਦੁੱਖ ਸਹਾਏ। ਉਹ ਫਿਰ ਜਮਾਂ ਦਾ ਦੁੱਖ ਉਹਨਾਂ ਨੂੰ ਫਿਰ ਕਰਮਾਂ 'ਚ, ਮਾੜੇ ਕਰਮਾਂ 'ਚ ਬੰਨ੍ਹੇ ਹੋਇਆਂ ਨੂੰ ਸਹਿਣਾ ਪੈਂਦਾ। ਜਦੋਂ ਸਰੀਰ ਦੇ ਵਿੱਚ ਹੁੰਦੇ ਨੇ ਉਦੋਂ ਵੀ ਮਨ ਤਾਂ ਉਹਨਾਂ ਦਾ ਸ਼ਾਂਤ ਨਹੀਂ ਨਾ। ਵੀ ਕੈਨੋਟ ਗੈਟ ਪੀਸ ਟੂ ਮਾਇੰਡ ਵਿਦਾਊਟ ਸਿਮਰਨ, ਵਿਦਾਊਟ ਮੈਡੀਟੇਸ਼ਨ। ਮਨ ਦੀ ਸ਼ਾਂਤੀ ਬਿਨਾਂ ਸਿਮਰਨ ਤੋਂ, ਬਿਨਾਂ ਮੈਡੀਟੇਸ਼ਨ ਤੋਂ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਸੁੱਖ ਕਿੱਥੇ ਮਿਲਦਾ ਹੈ? ਸੁੱਖ ਨਾ ਹੀ ਬਹੁਤੇ ਧਨ ਖਾਟੇ, ਕੀ ਬਹੁਤੇ ਧਨ ਪ੍ਰਾਪਤ ਕਰਕੇ ਸੁੱਖ ਮਿਲਦਾ ਹੈ? ਨਹੀਂ। ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੰਸਾਰ ਦੇ ਨਾਟਕਾਂ ਝਾਟਕਾਂ ਨੂੰ ਵੇਖ ਕੇ ਵੀ ਸੁੱਖ ਨਹੀਂ ਮਿਲਦਾ। ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਬਹੁਤੇ ਦੇਸ਼ਾਂ ਦਾ ਭਰਮਣ ਕਰਕੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਫਿਰ ਸੁੱਖ ਮਿਲਦਾ ਕਿੱਥੇ ਹੈ? ਸਰਵ ਸੁੱਖਾਂ ਹਰ ਹਰ ਗੁਣ ਗਾਏ, ਹਰੀ ਪਰਮੇਸ਼ਰ ਦੇ ਗੁਣ ਗਾਉਣ ਕਰਕੇ ਸਾਰੇ ਸੁੱਖ, ਪੀਸ ਟੂ ਮਾਇੰਡ, ਮਨ ਦੀ ਸ਼ਾਂਤੀ ਮਿਲਦੀ ਹੈ। ਸੋ ਜਿਹੜੇ ਸਤਿਗੁਰ ਤੋਂ ਮੂੰਹ ਫੇਰ ਲੈਂਦੇ ਹਨ, ਉਹ ਫਿਰ ਜਿਉਂਦੇ ਜੀ ਵੀ ਤਨ ਅਤੇ ਮਨ ਦੇ ਰੋਗ ਦੇ ਸ਼ਿਕਾਰ ਹੋ ਜਾਂਦੇ ਹੈ, ਅਤੇ ਜਦੋਂ ਸਰੀਰ ਛੱਡ ਕੇ ਪਰਲੋਕ ਨੂੰ ਜਾਂਦੇ ਹੈ, ਫਿਰ ਜਮਾਂ ਦੀਆਂ ਮਾਰਾਂ ਦਾ ਦੁੱਖ ਉਹਨਾਂ ਨੂੰ ਸਹਿਣਾ ਪੈਂਦਾ ਹੈ। ਫਿਰ ਫਿਰ ਮਿਲਣ ਨਾ ਪਾਇਆ ਨੀ, ਜੰਮਹਿ ਤੈ ਮਰ ਜਾਏ। ਫਿਰ ਫਿਰ, ਫਿਰ ਤੋਂ ਭਾਵ ਫੇਰੇ ਪਾਉਂਦੇ ਰਹਿੰਦੇ ਨੇ ਟੇਢੀਆਂ ਜੂਨਾਂ ਦੇ ਵਿੱਚ। ਫਿਰ ਫਿਰ ਮਿਲਣ ਨਾ ਪਾਇਆ ਨੀ, ਇਹ ਜਿਹੜਾ ਮਨੁੱਖਾ ਸਰੀਰ ਮਿਲਿਆ ਸੀ ਵਾਹਿਗੁਰੂ ਨੂੰ ਮਿਲਣ ਵਾਸਤੇ ਮਿਲਿਆ ਸੀ, ਉਹਦੇ ਵਿੱਚ ਲੀਨਤਾ ਹਾਸਲ ਕਰਨ ਵਾਸਤੇ, ਉਹਦੇ 'ਚ ਭੇਦ ਹੋਣ ਵਾਸਤੇ ਮਿਲਿਆ ਸੀ, ਕਿਉਂਕਿ ਮਨੁੱਖਾ ਸਰੀਰ ਹੀ 84 ਲੱਖ ਜੂਨੀ ਦਾ ਚੱਕਰ ਹੈ ਨਾ।
84 ਲੱਖ ਜੂਨੀਆਂ ਦੇ ਵਿੱਚੋਂ ਇੱਕ ਮਨੁੱਖਾ ਸਰੀਰ ਹੀ ਐਸਾ ਹੈ ਜਿਹਨੂੰ ਪ੍ਰਾਪਤ ਕਰਕੇ ਆਪਾਂ ਹੱਥੀਂ ਸੇਵਾ ਕਰ ਸਕਦੇ ਹਾਂ, ਰਸਨਾ ਦੁਆਰਾ ਨਾਮ ਜਪ ਸਕਦੇ ਹਾਂ। ਇੱਕ ਮਨੁੱਖਾ ਸਰੀਰ ਹੀ ਐਸਾ ਹੈ ਜਿਸ ਨੂੰ ਪ੍ਰਾਪਤ ਕਰਕੇ ਸੇਵਾ ਸਿਮਰਨ ਸਤਸੰਗ ਆਪਾਂ ਕਰ ਸਕਦੇ ਹਾਂ। ਹੋਰ ਕਿਸੇ ਵੀ ਜੂਨੀ ਦੇ ਵਿੱਚ ਇਹ ਮੁਮਕਨ ਨਹੀਂ। ਸੋ ਭਾਈ ਫਿਰ ਮਿਲਣ ਨਾ ਪਾਇਣੀ, ਫਿਰ ਤੋਂ ਭਾਵ ਫਿਰ ਟੇਢੀਆਂ ਜੂਨਾਂ 'ਚ ਉਹਨਾਂ ਦਾ ਫੇਰਾ ਰਹਿੰਦਾ ਹੈ। ਮਿਲਣ ਨਾ ਪਾਇਣੀ, ਉਹ ਫਿਰ ਵਾਹਿਗੁਰੂ ਨੂੰ ਮਿਲਣਾ ਨਹੀਂ ਪ੍ਰਾਪਤ ਕਰ ਸਕਦੇ ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਹੈ। ਟੇਢੀਆਂ ਜੂਨਾਂ 'ਚ ਉਹਨਾਂ ਦਾ ਫੇਰਾ ਰਹਿੰਦਾ ਹੈ। ਫਿਰ ਸਾਧ ਸੰਗਤ ਜੀ ਫਿਰ ਮਿਲਣ ਨਾ ਪਾਇਣੀ, ਉਹ ਕਦੇ ਵੀ ਫਿਰ ਵਾਹਿਗੁਰੂ ਪਰਮੇਸ਼ਰ ਨੂੰ ਮਿਲਦੇ ਨਹੀਂ। ਜੰਮ ਹੈ ਤੈ ਮਰ ਜਾਏ, ਬਾਰ ਬਾਰ ਜੰਮਦੇ ਰਹਿੰਦੇ ਨੇ, ਹੋਮੇ 'ਚ ਵੱਧੇ ਹੋਏ ਬਾਰ ਬਾਰ ਮਰਦੇ ਰਹਿੰਦੇ ਨੇ, ਸੰਸਿਆਂ 'ਚ ਪਏ ਹੋਏ, ਕਦੇ ਜੰਮ ਪਏ ਫਿਰ ਕਿਸੇ ਜੂਨੀ 'ਚ ਪੈ ਗਏ, ਫਿਰ ਮਰ ਗਏ, ਫਿਰ ਅਗਲੀ ਜੂਨੀ ਪ੍ਰਾਪਤ ਕਰ ਲਈ। ਕਿੱਥੋਂ ਉਪਜੇ ਕਹਿ ਰਹਿ ਕਹਿ ਮਾਹੇ ਸਮਾਵੈ। ਇਸ ਕਰਕੇ ਸਾਧ ਸੰਗਤ ਜੀ ਫਿਰ ਉਹ ਬਾਰ ਬਾਰ ਜੰਮਦੇ ਅਤੇ ਮਰਦੇ ਰਹਿੰਦੇ ਹਨ, ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਮਿਲਦੇ। ਕਾਰਨ ਕੀ ਹੈ? ਮਨੁੱਖਾ ਸਰੀਰ ਪ੍ਰਾਪਤ ਕਰ ਲਿਆ, ਸਤਸੰਗ ਨਹੀਂ ਕਰੀ, ਸ਼ਬਦ ਦੀ ਵਿਚਾਰ ਨਹੀਂ ਕਰੀ। ਸ਼ਬਦ ਦੀ ਵਿਚਾਰ ਕਰੇ ਤੋਂ ਬਿਨਾਂ, ਗੁਰਮੰਤਰ ਦਾ ਅਭਿਆਸ ਕਰੇ ਤੋਂ ਬਿਨਾਂ, ਨਿਤਨੇਮ ਕਰੇ ਤੋਂ ਬਿਨਾਂ ਮਨੁੱਖਾ ਜੂਨੀ ਪ੍ਰਾਪਤ ਕਰਕੇ ਮਨੁੱਖ ਵਾਹਿਗੁਰੂ ਦੇ ਵਿੱਚ ਨਹੀਂ ਮਿਲ ਸਕਦਾ, ਨਾਮ ਅਭਿਆਸ ਤੋਂ ਬਿਨਾਂ। ਫਿਰ ਭਾਈ ਉਹ ਟੇਢੀਆਂ ਜੂਨਾਂ 'ਚ ਫੇਰਾ ਪਾਉਂਦੇ ਰਹਿੰਦੇ ਹੈ, ਬਾਰ ਬਾਰ ਜੰਮੀ ਜਾਂਦੇ ਨੇ, ਮਰੀ ਜਾਂਦੇ ਨੇ, ਪਰੰਤੂ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਉਹ ਪਾਉਂਦੇ। ਵਾਰ ਵਾਰ ਜੰਮਦੇ ਮਰਦੇ ਰਹਿੰਦੇ ਨੇ ਸਤਿਗੁਰ ਤੋਂ ਮੂੰਹ ਫੇਰਨ ਦੇ ਕਾਰਨ।